ਟਾਈਮ ਹੋ ਗਿਆ 1:15 ਸਵਾ 1 ਅਤੇ ਹੁਣ ਚੱਲਾਂਗੇ ਦਰਬਾਰ ਸਾਹਿਬ ਅਤੇ ਗਾਗਰ ਲੈਣ ਜਾਣਾ ਗਾ ਅਤੇ ਉਹ ਦੇਖ ਕੇ ਆਵਾਂਗੇ ਅਤੇ ਸਾਨੂੰ ਆਪਾਂ 11:00 ਉਰੇ ਪਹੁੰਚ ਗਏ ਸੀਗੇ ਰਾਤ ਅਤੇ ਉਸ ਤੋਂ ਬਾਅਦ ਰੈਸਟ ਕੀਤੀ ਖਾਣਾ ਖੁਣਾ ਖਾ ਕੇ ਪੈ ਗਏ ਸੀਗੇ ਅਤੇ ਹੁਣ ਨਹਾ ਧੋ ਕੇ ਰੈਡੀਆਂ ਹੁਣ ਚੱਲਦੇ ਆਪਾਂ ਤੁਹਾਨੂੰ ਵੀ ਦਿਖਾਉਂਦੇ ਰਾਹ 'ਚ ਆਪਾਂ ਨੇ ਇੰਨਾ ਵਲੌਗ ਬਣਾਇਆ ਨਹੀਂ ਅਤੇ ਹੁਣ ਤੁਹਾਨੂੰ ਮੈਂ ਉਰੋ ਹੀ ਸਾਰਾ ਕੌਂਟੀ ਨੂੰ ਦਿਖਾ ਦਾਂਗੇ। ਸਤਿ ਨਾਮ।
ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਸਿੰਘਾਸਨ ਦੇ
ਠੀਕ ਹੈ ਗਾਗਰ ਲੈ ਗਏ ਸੀ ਅੰਦਰ, ਹੁਣ ਅਰਦਾਸ ਹੋ ਕੇ ਹਟੀ ਸੀ ਅਤੇ ਉਸ ਤੋਂ ਬਾਅਦ ਹੁਣ ਬਾਹਰ ਆ ਗਏ ਅਤੇ ਹੁਣ ਮਾਹੌਲ ਦੇਖ ਲਓ ਰੋਡ ਦਾ। ਹੁਣ ਰੂਮ 'ਚ ਜਾ ਰਹੇ ਸੀ ਕਿਉਂਕਿ ਬਾਰਿਸ਼ ਹੋ ਗਈ ਹੈ ਪੂਰੀ, ਲਾਲ ਕਰਾਂਗੇ ਰੈਸਟ। ਜਦੋਂ ਬਾਰਿਸ਼ ਰੁਕ ਗਈ ਦਿਨ ਚੜ ਗਿਆ ਅਤੇ ਸਾਨੂੰ ਦਿਖਾਵਾਂਗੇ ਹੁਣ ਵਧੀਆ ਮਾਹੌਲ, ਅਤੇ ਦਰਬਾਰ ਸਾਹਿਬ ਸਾਨੂੰ ਅੰਦਰੋਂ ਵੀ ਦਿਖਾ ਕੇ ਲਿਆਵਾਂਗੇ, ਦੁਬਾਰੇ ਚੱਲਾਂਗੇ ਅਤੇ ਹੁਣ ਚੱਲਦੇ ਹਾਂ ਰੂਮ 'ਚ। ਮਿੱਤਰੋ ਦਰਬਾਰ ਸਾਹਿਬ 'ਚ ਆਏ ਸੀਗੇ ਦੁਬਾਰਾ ਦਰਸ਼ਨ ਕਰਨ ਦੇਣੇ, ਅਤੇ ਹੁਣ ਬੱਤਲਬਾਈ ਹੋਈ ਪਈ ਆ, ਨਾਈਟ ਵਿਊ ਵਧੀਆ ਸੀਗਾ, ਪੂਰਾ ਘੈਂਟ ਆਇਆ ਗਾ ਉਹ ਵੀ ਦੇਖਿਓ, ਅਤੇ ਦਿਨ ਦਾ ਮਾਹੌਲ।
ਇੱਕ ਪੂਰਾ ਇਤਿਹਾਸ ਹੈਗਾ। ਬਾਕੀ ਸ਼ਾਂਤੀ ਪੂਰੀ ਆ ਰਹੀ। ਮਿੱਤਰੋ ਹੁਣ ਜਿਹੜੇ ਆਲੇ ਦੁਆਲੇ ਦੇ ਗੁਰਦੁਆਰਾ ਸਾਹਿਬ ਸੀ ਉੱਥੇ ਆਏ ਸੀਗੇ ਦਰਸ਼ਨ ਕਰਨ ਅਤੇ ਪਹਿਲਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਅਤੇ ਉੱਪਰ ਜਹਾਜ਼ ਹੈ ਚੱਲਦਾ ਹੁਣ ਮੱਥਾ ਟੇਕਦੇ ਹਾਂ। ਉੱਥੇ ਪੁੱਤ ਕਿੱਥੇ ਜਾਣਾ ਮੈਨੂੰ ਡਰ ਗਿਆ।